गुरु की प्यारी सात संग जी डॉक्टर साहब हुक्म करके गए दास नूं भी कीर्तन करना मैं तां बैठा नहीं ते ठणदार साहब नूं कह देना भोग पा दिओ मैं छोटा जिहा शोक पड़ांगा एक पहला हड बीती आप जी नूं सुनाणी इत्थे डॉक्टर साहब भूतां प्रेतां की गल करके गए भी इत्थे डोलियां खड़ाइया जांदियां दास नाल एक हड बीती है बड़ी सुनने वाली गल है कोई भी उठ के ना जाए महाराज दे चरणां च आपां बैठे हुए हाँ ते सतगुरु सच्चे पातशाह किवें अपनी गुरु दी ते किवें गुरु के सिखां दी वडियाई एक किते चमत्कार दिखांदे हन दास पहलां भाखड़ा डैम ते ओवरसीर लगा होया सी ते अजे मैनूं छोटी उम्र च नौकरी मिल गई ते उत्थे इसे तरह निशकाम अखंड कीर्तनी जथे दे सिंघ रल के कीर्तन करदे हुंदे सी ते मैं जोड़ी माड़ी मोटी वजा लैंदा सी ते खड़तालां वजा लैंदा सी नाल बोलना पिछे जिद्दां सिंघ बोलदे उत्थे किसी दे घर किसी सिंह दे घर सहज अखंड पाठ साहब उन्होंने करवाया ते पाठी सिंह उन्होंने अपने पिंडां वल्लों बुलाए ते जिस दिन भोग पिया असीं गए कीर्तन होया ते मैं आपां सारे समाप्ति दे घरां नूं आ गए ते जिहड़े मेन उत्थे कीर्तनियां जिहड़े इंचार्ज हुंदे सी अखंड कीर्तनी जथे दे उह सिंह मेरे घर आया ते मैनूं कहिंदे मिंदर सिंह फटाफट चल मैं की गल कहिंदे उह जिन्हां दे घर असीं प्रोग्राम करके आए हाँ उह उहदी सिंगणी नूं ओपरी कसर हो गई उहदे सिर मारन लई आई ते चलो मैं छोटी दस्तार फटाफट सजाई ते उहनां दे नाल चला गया एक सिंह होर नाल ते एक उहदा अपना सिंह ते महाराज दा सरूप अजे उहनां दे घर सी उह कहिंदे सी असीं इक सहज पाठ करना ते महाराज सरूप उहनां गुरद्वारा साहब नहीं छड्ड के आए ते ओ जिसले गए ते ओदी घरवाली जिहड़ी सी ओ दूसरे कमरे च बैठी ते गालां कढे उच्ची उच्ची सिर मारे ते बड़ा बुरा हाल करे ते मैं ते छोटा ही सी अजे 21 साल दी मैनूं नौकरी मिल गई ते मैं डरां विच वेख वेख के ते ओ लै उहनूं फड़ के ते ओ बाबा जी दे कमरे जिथे महाराज दा सरूप प्रकाश सी उत्थे लै गया ते ओ कहे सिखो लियाओ अपने गुरु गोबिंद सिंह नूं ਤੁਹਾਡੇ ਗੁਰੂ ਗੋਬਿੰਦ ਸਿੰਘ ਨਾਲ ਮੇਰਾ ਅੱਜ ਮੋਰਚਾ ਲੱਗੇਗਾ ਉਹ ਵਿੱਚੋਂ ਤੇ ਉਹਦੇ ਉਪਰੇਤ ਆਤਮਾ ਬੋਲਦੀ ਸੀ ਸਿੰਘਾਂ ਨੇ ਉੱਥੇ ਜਪਜੀ ਸਾਹਿਬ ਆਪਣੇ ਚੌਪਾਈ ਸਾਹਿਬ ਦੇ ਪਾਠ ਕਰਨੇ ਸ਼ੁਰੂ ਕਰਤੇ ਕਹੇ ਜਿੰਨੇ ਮਰਜ਼ੀ ਚੌਪਾਈ ਸਾਹਿਬ ਦੇ ਪਾਠ ਕਰ ਲਓ ਜਿੰਨੇ ਮਰਜ਼ੀ ਸਿਮਰਨ ਕਰ ਲਓ ਮੈਂ ਤੁਹਾਨੂੰ ਨਹੀਂ ਛੱਡਣਾ ਦਾਸ ਉੱਥੇ ਸੀ ਵੇਚੀ ਸੀ ਮੈਂ ਕੋਈ ਮਹਾਰਾਜ ਦੀ ਹਜ਼ੂਰੀ 'ਚ ਗੱਲ ਸੁਣਾ ਰਿਹਾ ਸਨਾਣ 'ਚ ਕੋਈ ਲੱਗ ਮਾਤਰ ਕੋਈ ਬਿੰਦੀ ਟਿੱਪੀ ਵੱਧ ਘੱਟ ਹੋ ਸਕਦੀ ਬੜੇ ਚਿਰ ਦੀ ਗੱਲ ਹੈ 40 ਸਾਲ ਪਹਿਲਾਂ ਦੀ ਗੱਲ ਤੇ ਗੁਰੂ ਕੀ ਪਿਆਰੀ ਸਾਧ ਸੰਗਤ ਉਹ ਜਿਹੜਾ ਮਹਾਰਾਜ ਦੀ ਤਾਬਿਆ ਸਿੰਘ ਬੈਠਾ ਸੀ ਨਾ ਉਹ ਕਹਿੰਦਾ ਤੂੰ ਕੌਣ ਹੈ ਤੇ ਉਹ ਬੀਬੀ ਬੋਲਦੀ ਤੇ ਅੰਦਰੋਂ ਪ੍ਰੇਤ ਬੋਲਦਾ ਉਹ ਕਹਿੰਦਾ ਮੈਂ ਨਰ ਸਿੰਘ ਆ ਉਹ ਕਹਿੰਦਾ ਉਹ ਕੌਣ ਹੁੰਦਾ ਕਹਿੰਦਾ ਮੈਂ ਬਾਬਾ ਵਡਭਾਗ ਸਿੰਘ ਦਾ ਸਭ ਤੋਂ ਵੱਡਾ ਪ੍ਰੇਤ ਆ ਤੇ ਕਹਿੰਦਾ ਤੇਰਾ ਇੱਥੇ ਕੀ ਕੰਮ ਹੈ ਬੀਬੀ ਨੇ ਅੰਮ੍ਰਿਤ ਛਕਿਆ ਇਹਦੇ ਸਿੰਘ ਨੇ ਅੰਮ੍ਰਿਤ ਛਕਿਆ ਦੋਵੇਂ ਟਾਈਮ ਨਿਤਨੇਮੀ ਨੇ ਤੇ ਤੂੰ ਇਹਨੂੰ ਕਿਉਂ ਇੱਥੇ ਆਇਆ ਤੇ ਕਿਸ ਤਰ੍ਹਾਂ ਆ ਗਿਆ ਤੇਰੀ ਜ਼ਰੂਰਤ ਕਿਵੇਂ ਪੈ ਗਈ ਉਹ ਆਂਦਾ ਅੱਜ ਤੋਂ 25 ਸਾਲ ਪਹਿਲਾਂ ਇਹ ਆਪਣੇ ਪੇਕਿਆਂ ਦੇ ਗਈ ਸੀ ਬੋਲਦਾ ਪ੍ਰੇਤ ਸੀ ਅੰਦਰੋਂ ਉਹ ਬੀਬੀ ਬਾਜ ਤੇ ਉਹਦੀ ਸੀ ਬੋਲਦੀ ਤੇ ਉਹਦੇ ਮੂੰਹ ਦੇ ਵਿੱਚੋਂ ਉਹ ਬੋਲ ਰਹੀ ਸੀ ਕਹਿੰਦੇ ਅੱਜ ਤੋਂ 20 ਸਾਲ ਪਹਿਲਾਂ ਇਹ ਬਾਬਾ ਵਡਭਾਗ ਸਿੰਘ ਇਹ ਪੇਕਿਆਂ ਦੇ ਗਈ ਉੱਥੋਂ ਕੋਈ ਟਰੱਕ ਕਿਸੇ ਨੇ ਨਵਾਂ ਲਿਆ ਸੀ ਤੇ ਉਹ ਲੋਕਾਂ ਨੂੰ ਲੈ ਕੇ ਤੇ ਉੱਥੇ ਵਡਭਾਗ ਸਿੰਘ ਗਿਆ ਤੇ ਇਹ ਵੀ ਚਲ ਗਈ ਤੇ ਜਿਸਲੇ ਤੁਹਾਨੂੰ ਗੁਰਦੀਖਿਆ ਦਿੱਤੀ ਜਾਂਦੀ ਅੰਮ੍ਰਿਤ ਛਕਾਇਆ ਜਾਂਦਾ ਤੇ ਗੁਰੂ ਨੇ ਤੁਹਾਡੇ ਦੁਆਲੇ ਇੱਕ ਕਾਰ ਇੱਕ ਲਕੀਰ ਖਿੱਚੀ ਹੋਈ ਮਰਿਆਦਾ ਦੀ ਤੇ ਉਹਦੇ ਇੱਥੇ ਕਿਹਾ ਜਾਂਦਾ ਵੀ ਵਡਭਾਗ ਸਿੰਘ ਦੇ ਨਹੀਂ ਜਾਣਾ ਤੇ ਇਹ ਇਹਨੇ ਮਰਿਆਦਾ ਭੰਗ ਕੀਤੀ ਲਕੀਰ ਦੇ ਵਿੱਚੋਂ ਸਾਨੂੰ ਮੈਨੂੰ ਰਸਤਾ ਮਿਲ ਗਿਆ ਤੇ ਮੈਂ ਇਹਨੂੰ ਚੰਬੜ ਗਿਆ ਤੇ ਉਹ ਆਂਦਾ ਜਿਹੜਾ ਮਹਾਰਾਜ ਤਾਬਿਆ ਸਿੰਘ ਬੈਠਾ ਕਹਿੰਦਾ ਤੁਸੀਂ ਕਿਉਂ ਲੋਕਾਂ ਨੂੰ ਤੰਗ ਕਰਦੇ ਫਿਰਦੇ ਹੋ ਉਹ ਕਹਿੰਦਾ ਜੇ ਅਸੀਂ ਤੰਗ ਨਾ ਕਰੀਏ ਤੇ ਸਾਨੂੰ ਮੰਨੇ ਕੌਣ ਸਾਡੇ ਉੱਥੇ ਕੌਣ ਆਵੇ ਅਸੀਂ ਇੱਕ ਚੋਂ ਨਿਕਲ ਕੇ ਦੂਸਰੇ 'ਚ ਵੜ ਜਾਂਦੇ ਹਾਂ ਤੇ ਜੇ ਉਹ ਆਉਣਾ ਬੰਦ ਕਰਦੇ ਇੱਥੇ ਤੇ ਫਿਰ ਉਹਨੂੰ ਤੰਗ ਕਰਨਾ ਸ਼ੁਰੂ ਕਰ ਦਿੰਦੇ ਤੇ ਕਹਿੰਦਾ ਫਿਰ ਇਹਨੂੰ ਤੰਗ ਨਹੀਂ ਤੂੰ ਕੀਤਾ 25 ਸਾਲ ਉਹ ਆਂਦਾ ਇਹ ਸਵੇਰੇ ਸ਼ਾਮ ਦੇ ਨਿਤਨੇਮੀਆਂ ਪਾਠ ਕਰਦੇ ਮੈਂ ਤਾਂ ਕਦੇ ਨਹੀਂ ਤੰਗ ਕੀਤਾ ਤੇ ਕਹਿੰਦੇ ਹੁਣ ਕਿਉਂ ਤੰਗ ਕਰਨ ਲੱਗ ਪਿਆ ਕਹਿੰਦਾ ਇਹਨਾਂ ਨੇ ਆਪਣੇ ਪਿੰਡਾਂ ਵੱਲੋਂ ਜਿਹੜੇ ਗ੍ਰੰਥੀ ਸਿੰਘ ਲਿਆਂਦੇ ਹੋਏ ਸੀ ਉਹਦੇ ਵਿੱਚੋਂ ਉਹਨਾਂ ਵਿੱਚੋਂ ਕੋਈ ਪ੍ਰੇਤ ਵਿੱਦਿਆ ਜਾਣਦਾ ਸੀ ਉਹਨੇ ਮੈਨੂੰ 3 ਦਿਨ ਬੜਾ ਤੰਗ ਕੀਤਾ ਤੇ ਮੈਂ ਸੋਚਿਆ ਵੀ ਹੁਣ ਤੁਹਾਨੂੰ ਵੀ ਮੈਂ ਆਪਣੇ ਰੰਗ ਦਿਖਾਵਾਂ
ਉਹ ਸਿੰਘ ਜਿਹੜਾ ਮਹਾਰਾਜ ਤਾਬਿਆ ਬੈਠਾ ਸੀ ਉਹ ਕਹਿੰਦਾ ਉਹਨਾਂ ਨੇ ਅੱਗੇ ਵੀ ਇੱਦਾਂ ਦੇ ਕੰਮ ਦੇਖੇ ਹੋਏ ਸੀ। ਉਹ ਆਂਦਾ ਤੂੰ ਕਿਵੇਂ ਜਾਣਾ? ਕਹਿੰਦਾ ਪੰਜ ਚੰਗੇ ਸਿੰਘ ਚੰਗੇ ਜੀਵਨ ਵਾਲੇ ਸਿੰਘਾਂ ਨੂੰ ਬੁਲਾਓ, ਉਹ ਪੰਜੇ ਰਲ ਕੇ ਦੇਗ ਤਿਆਰ ਕਰਨ ਤੇ ਗੁਰੂ ਗ੍ਰੰਥ ਸਾਹਿਬ ਅੱਗੇ ਮੇਰੀ ਅਰਦਾਸ ਉਹ ਪੰਜੇ ਜਾਣੇ ਕਰਨ ਵੀ ਇਹਨੂੰ ਬਾਬਾ ਵਡਭਾਗ ਸਿੰਘ ਤੋਂ ਇਹ ਬੰਦ ਖਲਾਸੀ, ਮੇਰੀ ਵਡਭਾਗ ਸਿੰਘ ਤੋਂ ਬੰਦ ਖਲਾਸੀ ਹੋ ਜੇ, ਉਹਨੇ ਮੈਨੂੰ ਕਾਬੂ ਕੀਤਾ। ਦੇਖੋ ਗੁਰੂ ਕੀ ਪਿਆਰੀ ਸੰਗਤ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਉਪਮਾ। ਉਹ ਪ੍ਰੇਤ ਕਹਿ ਰਿਹਾ ਵੀ ਪੰਜਾਂ ਪਿਆਰਿਆਂ ਨੂੰ, ਪੰਜਾਂ ਸਿੰਘਾਂ ਨੂੰ ਕਹੋ ਦੇਗ ਤਿਆਰ ਕਰਕੇ ਮੇਰੀ ਅਰਦਾਸ ਕਰਨ। ਤੇ ਉਹ ਸਿੰਘਾਂ ਨੇ ਪਰੇ ਹੋ ਕੇ ਤੇ ਗੁਰਮਤਾ ਕੀਤਾ, ਕਹਿੰਦੇ ਨਹੀਂ ਤੈਨੂੰ ਅਕਾਲ ਪੁਰਖ ਵੱਲੋਂ ਜੋ ਸਜ਼ਾ ਮਿਲੀ ਹੋਈ ਆ ਤੂੰ ਬਾਬੇ ਦੇ ਅੰਡਰ ਆ ਵਡਭਾਗ ਸਿੰਘ ਦੇ, ਅਸੀਂ ਪੰਜ ਸਿੰਘ ਵੀ ਇਕੱਠੇ ਕਰ ਲਾਂਗੇ, ਅਰਦਾਸ ਹੋਏਗੀ, ਤੇਰਾ ਤੇ ਛੁਟਕਾਰਾ ਹੋ ਜਾਏਗਾ, ਅਸੀਂ ਗੁਰੂ ਨਾਨਕ ਸਾਹਿਬ ਨੂੰ ਜਾ ਕੇ ਕੀ ਜਵਾਬ ਦਾਂਗੇ, ਤੇਰੀ ਕੋਈ ਅਰਦਾਸ ਨਹੀਂ ਕਰਨੀ। ਚਲੋ ਉਹ ਬੀਬੀ ਦੀਆਂ ਅੱਖਾਂ ਤਾਂ ਚੜੀਆਂ ਹੋਈਆਂ ਸੀ ਪੁਤਲੀਆਂ, ਹੌਲੀ ਹੌਲੀ ਉਹ ਠੀਕ ਹੋ ਗਈ ਤੇ ਅਸੀਂ ਆਪਣੇ ਆਪਣੇ ਘਰਾਂ ਨੂੰ ਆ ਗਏ। ਮੇਰੀ ਰਾਤ ਦੀ ਸ਼ਿਫਟ ਹੁੰਦੀ ਸੀ ਡੈਮ ਤੇ, ਸ਼ਾਮ ਨੂੰ ਫਿਰ ਉਹਨੇ ਉਸੇ ਤਰ੍ਹਾਂ ਹੀ ਕੀਤਾ। ਅਗਲੇ ਦਿਨ ਮੇਰੀ ਰਾਤ ਦੀ ਸ਼ਿਫਟ ਚ ਚਲਾ ਗਿਆ, ਦਿਨੇ ਆ ਕੇ ਮੈਂ ਸੁੱਤਾ ਤੇ ਉਹ ਜਿਹੜੇ ਦੂਸਰੇ ਸਿੰਘ ਸੀਗੇ ਉਹਨਾਂ ਦੇ ਦੋ ਲੜਕੇ ਮੇਰੇ ਕੋਲ ਆਏ, ਕਹਿੰਦੇ ਭਾਈ ਸਾਹਿਬ ਆਓ ਅਸੀਂ ਉਹਨਾਂ ਦੇ ਘਰ ਚੱਲੀਏ, ਜਿਹੜੀ ਬੀਬੀ ਨੂੰ ਪ੍ਰੇਤ ਚੰਬੜਿਆ ਦੇਖ ਕੇ ਆਈਏ। ਬੱਚਿਆਂ ਵਾਲੀ ਮੈਂ ਵੀ ਛੋਟਾ ਹੀ ਸੀ, 21 ਸਾਲ ਦਾ, ਮੁੰਡ ਪਾਉਣੇ ਵਾਲਾ ਕੰਮ, ਤੇ ਵੀ ਚਲੋ ਲਾਗੇ ਅਸੀਂ ਉਹਨਾਂ ਦੇ ਘਰ ਚਲੇ ਗਏ ਤੇ ਲਾਗੇ ਮਤਲਬ ਕਿਸੇ ਹੋਰ ਦੇ ਜੁੱਤੀਆਂ ਲਾ ਗਏ ਵੀ ਜੇ ਦੌੜਨਾ ਪਿਆ ਤੇ ਜੁੱਤੀਆਂ ਤੇ ਮਤਲਬ ਬਾਹਰ ਹੀ ਰਹਿਣ, ਜੁੱਤੀਆਂ ਲਾ ਕੇ ਕਿਸੇ ਦੇ ਘਰ ਲਾ ਗਏ ਚਲੇ ਗਏ ਤੇ ਉਹ ਬੀਬੀ ਉੱਥੇ ਬੈਠੀ ਹੋਈ ਸੀ। ਉਹਨਾਂ 'ਚੋਂ ਇੱਕ ਸਿੰਘ ਨੂੰ 2-3 ਸ਼ਬਦ ਆਉਂਦੇ ਸੀ ਤੇ ਮੈਂ ਜੋੜੀ ਵਜਾ ਲੈਂਦਾ ਸੀ। ਅਸੀਂ ਕੀਰਤਨ ਕਰਨ ਲੱਗ ਪਏ ਤੇ ਅਸੀਂ ਕੀਰਤਨ ਕਰੀਏ ਤੇ ਇਉਂ ਉੱਥੇ ਮਤਲਬ ਕਿ ਮਹਿਸੂਸ ਹੋਏ ਕਿ ਕਮਰਾ ਭਰਿਆ ਹੋਇਆ ਤੇ ਕੀਰਤਨ ਹੋ ਰਿਹਾ, ਅਖੰਡ ਕੀਰਤਨ ਹੋ ਰਿਹਾ, ਜਿੱਦਾਂ ਇੱਥੇ ਅਖੰਡ ਕੀਰਤਨ ਹੋਇਆ। ਤੇ ਅਸੀਂ ਕੀਰਤਨ ਕਰਕੇ ਆ ਗਏ, ਉਹ ਬੀਬੀ ਠੀਕ ਠਾਕ ਰਹੀ। ਸ਼ਾਮ ਨੂੰ ਸਿੰਘ ਇਕੱਠੇ ਹੋਏ ਤੇ ਕਹਿੰਦੇ ਵੀ ਅੱਜ ਲੋਕਾਂ ਨੂੰ ਨਹੀਂ ਪਤਾ ਤੇ ਹੌਲੀ ਹੌਲੀ ਲੋਕਾਂ ਕੋਈ ਜਾਵੇ ਨਾ ਉੱਠ ਕੇ, ਮੈਂ ਆਪਣੇ ਕੀਰਤਨ ਦੇ ਟਾਈਮ 'ਚ ਕੀਰਤਨ ਵੀ ਛੋਟਾ ਜਿਹਾ ਸ਼ਬਦ ਪੜਾਂਗਾ, ਕਿਉਂਕਿ ਡਾਕਟਰ ਸਾਹਿਬ ਹੁਕਮ ਕਰਕੇ ਅਰਦਾਸ ਨੂੰ ਨਾ ਲੈ ਕੇ ਕਹਿ ਕੇ ਗਏ ਨੇ, ਨਹੀਂ ਤਾਂ ਮੈਂ ਕਰਨਾ ਨਹੀਂ ਸੀ। ਤੇ ਗੁਰੂ ਕੀ ਪਿਆਰੀ ਸਾਧ ਸੰਗਤ, ਸਿੰਘਾਂ ਨੇ ਗੁਰਮਤਾ ਕੀਤਾ ਵੀ ਗੁਰੂ ਅੱਗੇ ਅਰਦਾਸ ਕੀਤੀ ਜਾਵੇ ਵੀ ਅਜੇ ਤੇ ਲੋਕਾਂ ਨੂੰ ਨਹੀਂ ਪਤਾ। ਜਿਸਲੇ ਪਤਾ ਲੱਗੇਗਾ ਵੀ ਇੱਕ ਪਾਸਿਓਂ ਅੰਮ੍ਰਿਤ ਛਕਿਆ ਹੋਇਆ ਤੇ ਇੱਕ ਪਾਸੇ ਪ੍ਰੇਤ ਚੰਬੜਿਆ ਹੋਇਆ, ਤੇ ਆਮ ਲੋਕਾਂ ਤੇ ਬੜਾ ਮਾੜਾ ਪ੍ਰਭਾਵ ਪੈਣਾ। ਤੇ ਕੀਰਤੀ ਗਲਤੀ ਤੇ ਆਪਣੀ ਸੀ ਵੀ ਬਾਬੇ ਵਡਭਾਗ ਸਿੰਘ ਦੇ ਚਲੇ ਗਏ ਜਿੱਥੇ ਮਨਾ ਕੀਤਾ ਹੋਇਆ। ਇੱਕ ਸਿੰਘ ਭਾਈ ਹਰਮਿੰਦਰ ਸਿੰਘ ਜੀ ਸਾਡੇ 'ਚ ਹੁੰਦੇ ਸੀ, ਉਹਨਾਂ ਨੇ ਅਸੀਂ ਸਾਰਿਆਂ ਨੇ, ਉਹਨਾਂ ਨੇ ਅਰਦਾਸ ਕੀਤੀ ਮਹਾਰਾਜ ਰੋਂਦਿਆਂ ਅੱਥਰੂ ਕੱਢਦਿਆਂ ਅਰਦਾਸ ਕੀਤੀ ਵੀ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਬਿਰਧ ਬਾਣੇ ਦੀ ਆਪ ਹੀ ਇਲਾਜ ਰੱਖੋ, ਕੀ ਲੋਕਾਂ ਨੂੰ ਦੱਸੀਏ ਸੀ ਵੀ ਨਾਲੇ ਅੰਮ੍ਰਿਤ ਛਕਿਆ ਤੇ ਨਾਲੇ ਪ੍ਰੇਤ ਚੰਬੜਿਆ। ਤੇ ਇਹਨੂੰ ਜਿਸ ਤਰ੍ਹਾਂ ਤੁਸੀਂ ਪ੍ਰਹਿਲਾਦ ਨੂੰ ਬਚਾਇਆ ਸੀ, ਜਿੱਦਾਂ ਉਹਦੀ ਮਦਦ ਕੀਤੀ ਸੀ, ਸਾਡੀ ਮਦਦ ਕਰੋ। ਤੇ ਗੁਰੂ ਕੀ ਪਿਆਰੀ ਸਾਧ ਸੰਗਤ, ਮੈਂ ਰਾਤ ਡਿਊਟੀ ਚਲਾ ਗਿਆ, ਸਵੇਰੇ ਘਰ ਆਇਆ ਤੇ ਸਿੰਘ ਫਿਰ ਮੈਨੂੰ ਲੈਣ ਆਏ, ਚਲੋ ਜੀ ਉੱਥੇ ਚਲੀ ਗਏ। ਪਤਾ ਨਹੀਂ ਕਿਉਂ ਮੈਨੂੰ ਜ਼ਰੂਰ ਨਾਰ ਰੱਖਦੇ ਸੀ ਉਹ। ਤੇ ਉੱਥੇ ਜਿਸਲੇ ਗਏ ਉਸ ਦਿਨ ਸੀ ਐਤਵਾਰ, ਸਿੰਘਾਂ ਨੂੰ ਸਾਰਿਆਂ ਛੁੱਟੀ ਸੀ ਤੇ ਆਸਾ ਕੀ ਵਾਰ ਦਾ ਕੀਰਤਨ ਭਾਈ ਸਾਹਿਬ ਨੇ ਸ਼ੁਰੂ ਕਰ ਲਿਆ। ਤੇ ਜਿਸਲੇ ਆਇਆ ਨਾ ਹਰਨਾਖਸ਼, ਆਖਰੀ ਛੱਕਾ ਹੁੰਦਾ ਨਾ ਹਰਨਾਖਸ਼ ਦੁਸ਼ਟਾਰ ਮਾਰਿਆ ਪ੍ਰਹਿਲਾਦ ਤਰਾਇਆ, ਤੇ ਜਿਸਲੇ ਉਹ ਭਾਈ ਸਾਹਿਬ ਨੇ ਤੁਕ ਪੜੀ ਤੇ ਉਹ ਬੀਬੀ ਨੂੰ ਕੰਬਣੀ ਛਿੜੀ। ਤੇ ਉਹ ਭਾਈ ਸਾਹਿਬ ਸਮਝ ਗਏ ਵੀ ਇਹਨੂੰ ਇਹ ਮਤਲਬ ਚੋਭਾਂ ਲੱਗਦੀਆਂ ਸ਼ਬਦ ਨਾਲ, ਤੇ ਉਹ ਘੜੀ ਮੁੜੀ ਹੋਈ ਪੜਨ ਹਰਨਾਖਸ਼ ਦੁਸ਼ਟਾਰ ਮਾਰਿਆ ਪ੍ਰਹਿਲਾਦ ਤਰਾਇਆ, ਤੇ ਉਹ ਅੱਗੋਂ ਕਹੇ ਸਿੱਖ ਦੁਸ਼ਟਾਰ ਮਾਰਿਆ ਸਿੱਖ ਦੁਸ਼ਟਾਰ ਮਾਰਿਆ। ਤੇ ਭਾਈ ਸਾਹਿਬ ਨੇ ਉਸੇ ਟੌਪਿਕ ਦੇ ਸ਼ਬਦ ਪੜ੍ਹਨੇ ਸ਼ੁਰੂ ਕਰਤੇ, ਜੋ ਜੋ ਤੇਰੇ ਭਗਤ ਦਿਖਾਇਓ ਤਤਕਾਲ ਤੁਮਾਰਾ ਪ੍ਰਗਟ ਪ੍ਰਤਾਪ ਤੁਮਾਰਾ, ਇਸ ਤਰ੍ਹਾਂ ਦੇ ਸ਼ਬਦ ਇਸ ਪ੍ਰਕਰਨ ਦੇ ਪੜ੍ਹਨੇ ਸ਼ੁਰੂ ਕਰਤੇ। ਤੇ ਉਹ ਇੰਨੀ ਤੰਗ, ਮੈਂ ਵਿੱਚੋਂ ਮੈਨੂੰ ਥੋੜੀ ਜਿਹੀ ਭੁੱਲ ਵੀ ਗਈ, ਉਹ ਨਾ ਪਹਿਲੇ ਦਿਨ ਹੀ ਉਹ ਕਹਿੰਦਾ ਵੀ ਸਿੰਘਾਂ ਨੇ ਜਿਹੜਾ ਇਨਕਾਰ ਕਰ ਦਿੱਤਾ ਨਾ ਵੀ ਤੇਰੀ ਅਰਦਾਸ ਨਹੀਂ ਕਰਨੀ ਅਸੀਂ, ਤੇ ਉਹ ਕਹਿੰਦਾ ਚੰਗਾ ਮੈਂ ਚੱਲਿਆ। ਜਿਸ ਲਈ ਉਹਨੇ ਕਿਹਾ ਨਾ ਚੱਲਿਆ, ਤੇ ਉਹਦੀਆਂ ਉਸੇ ਵੇਲੇ ਅੱਖਾਂ ਟਿਕਾਣੇ 'ਤੇ ਆ ਗਈਆਂ ਬੀਬੀ ਦੀਆਂ। ਤੇ ਅਗਲੇ ਦਿਨ ਫਿਰ ਜਿਹਲੇ ਉਹ ਫਿਰ ਲੱਗ ਗਈ ਸੇਰ ਮਾਰਨ, ਤੇ ਉਹ ਮਹਾਰਾਜ ਦੀ ਤਾਬਿਆ ਬਹਿ ਕੇ ਸਿੰਘ ਨੇ ਪੁੱਛਿਆ, ਉਦਾਂ ਨਹੀਂ ਸੀ ਕਿਸੇ ਦਾ ਜਵਾਬ ਦਿੰਦੀ, ਜਿਹੜਾ ਮਹਾਰਾਜ ਦੀ ਤਾਬਿਆ ਬਹਿੰਦਾ ਸੀ ਨਾ ਉਹਦਾ ਜਵਾਬ ਦਿੰਦੀ ਸੀ। ਉਹ ਕਹਿੰਦਾ ਤੂੰ ਫਿਰ ਆ ਗਿਆ? ਕਹਿੰਦਾ ਮੈਂ ਰਾਤੀ ਆਪਣੇ ਡੇਰੇ ਚਲਾ ਗਿਆ ਸੀ, ਤੇ ਬਾਬਾ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਦੇ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਤੋਂ ਡਰਦਾ ਆ ਗਿਆ, ਮੇਰੀ ਪਿੱਠ ਲਵਾ ਕੇ ਆ ਗਿਆ, ਚੱਲ ਉੱਥੇ। ਤੇ ਕਹਿੰਦੇ ਵੀ ਉੱਧਰ ਜਾਵਾਂ ਤੇ ਮੈਨੂੰ ਬਾਬਾ ਨਹੀਂ ਜੀਣ ਦਿੰਦਾ, ਇੱਧਰ ਆਵਾਂ ਤੇ ਤੁਸੀਂ ਨਹੀਂ ਜੀਣ ਦਿੰਦੇ।
ਤੇ ਸਿੰਘ ਕਹਿੰਦੇ ਤੇਰੀ ਅਰਦਾਸ ਨਹੀਂ ਅਸੀਂ ਕਰਨੀ, ਤੂੰ ਜਾਣਾ ਤੇ ਜਾ, ਨਹੀਂ ਜਾਣਾ ਹੁਣ ਸਾਨੂੰ ਪਤਾ। ਅੱਗੇ ਫਿਰ ਉੱਥੇ ਆ ਜਾਈਏ, ਐਤਵਾਰ ਵਾਲੇ ਦਿਨ ਅਸੀਂ ਇਕੱਠੇ ਹੋ ਗਏ ਤੇ ਉਹ ਕਹਿੰਦਾ ਵੀ ਉਹ ਬੀਬੀ ਜਿਹੜੀ ਸੀ ਉਹਨੇ ਉੱਠ ਕੇ ਨਾ ਜਿਸ ਤਰ੍ਹਾਂ ਸਿੰਘ ਗਤਕਾ ਖੇਡਦੇ ਤੇ ਡਾਂਗ ਘੁੰਮਾਉਂਦੇ ਆ, ਏਦਾਂ ਏਦਾਂ ਉਹਨੇ ਆਪਣੇ ਸਰੀਰ ਨੂੰ ਛੰਡਿਆ ਤੇ ਕਹਿੰਦੀ ਮੈਂ ਸਿੱਖੋ ਸਿੱਖੋ ਜਿੱਦਾਂ ਵੈਣ ਪਾਉਂਦੀਆਂ ਰਹੀਆਂ ਨਾ ਪਹਿਲਾਂ ਜਨਾਨੀਆਂ, ਕੋਈ ਮ੍ਰਿਤੂ ਹੋ ਜਾਂਦੀ ਸੀ, ਡੈਥ ਹੋ ਜਾਂਦੀ, ਓਦਾਂ ਉਹ ਵੈਣ ਜੇ ਪਾਵੇ, ਸਿੱਖੋ ਤੁਸੀਂ ਮੋਰਚਾ ਜਿੱਤ ਲਿਆ, ਤੁਹਾਡਾ ਗੁਰੂ ਬੜਾ ਜਾਰੀ ਜੇ। ਸ੍ਰੀ ਅਕਾਲ। ਰਾਤ ਤੁਸੀਂ ਅਰਦਾਸ ਕਰਤੀ, ਇੱਥੇ ਭਾਈ ਫੌਜਾ ਸਿੰਘ ਆਇਆ, ਭਾਈ ਦੀਪ ਸਿੰਘ ਆਇਆ, ਸ਼ਹੀਦ ਸਿੰਘਾਂ ਦੇ ਨਾਲ ਆਏ, ਮੇਰੇ ਇੱਥੇ ਟੱਪ ਮਾਰਿਆ, ਮੇਰੇ ਇੱਥੇ ਅੱਗ ਲਾਈ, ਸਰੀਰ ਨੂੰ ਏਦਾਂ ਏਦਾਂ ਕਰੇ, ਉਹ ਤੁਹਾਡੇ ਅੱਗੇ ਬੇਨਤੀ ਜੇ ਤੁਸੀਂ ਮੇਰੀ ਨਾ ਮੁੜ ਕੇ ਅਰਦਾਸ ਕਰੋ ਵੀ ਜਿਹੜੇ ਸ਼ਹੀਦ ਸਿੰਘ ਕਹੇ ਗੁਰੂ ਗੋਬਿੰਦ ਸਿੰਘ ਜੀ ਘੋੜੇ ਤੇ ਰਾਤ ਇੱਥੇ ਆਏ, ਤੁਹਾਡੇ ਅੱਗੇ ਬੇਨਤੀ ਆ ਤੁਸੀਂ ਆਪਣੇ ਗੁਰੂ ਅੱਗੇ ਅਰਦਾਸ ਕਰੋ, ਮੇਰੀ ਬਾਬੇ ਕੋਲੋਂ ਬੰਦ ਖਲਾਸੀ ਕਰਾਉਣ ਦੀ ਅਰਦਾਸ ਕਰੋ ਨਾ ਕਰੋ, ਜਿਹੜੇ ਗੁਰੂ ਕੇ ਸਿੰਘ ਮੈਨੂੰ ਗੁਰੂ ਸਾਹਿਬ ਦੇ ਕਹੇ ਤੇ ਗੁਰੂ ਦੇ ਹੁਕਮ ਤੇ ਜਿਹੜਾ ਮੈਨੂੰ ਉਹ ਤੰਗ ਕਰ ਲਿਆ, ਸਾਰੀ ਰਾਤ ਚੀਕਾਂ ਮਾਰਦੀ ਰਹੀ ਆ, ਉਹ ਮੈਨੂੰ ਸ਼ਾਂਤੀ ਮਿਲੇ, ਤੁਸੀਂ ਮੋਰਚਾ ਜਿੱਤ ਲਿਆ। ਤੇ ਗੁਰੂ ਕੀ ਪਿਆਰੀ ਸਾਧ ਸੰਗਤ ਉੱਥੇ ਉਹਨੇ ਉਹ ਪਹਿਲਾਂ ਗਤਕੇ ਵਾਂਗ ਡਾਂਗ ਜਿੱਦਾਂ ਘੁੰਮਾਉਂਦੇ ਉਦਾਂ ਸਰੀਰ ਛਿੰਡਾ ਤੇ ਤਰੇੜ ਗਏ, ਉਤਰੇਲੀ ਹੋਈ, ਗੁਰੂ ਕੇ ਹਜ਼ੂਰੀ ਚ ਉਹਨੇ ਮੱਥਾ ਟੇਕਿਆ, ਗੁਰੂ ਸਾਧ ਸੰਗਤ ਉਹਦੀਆਂ ਉਸੇ ਵੇਲੇ ਅੱਖਾਂ ਠੀਕ ਹੋ ਗਈਆਂ। ਮੈਂ ਉਸ ਤੋਂ ਉਹ ਘਟਨਾ ਤੋਂ ਬਾਅਦ ਟਰਾਂਸਫਰ ਹੋ ਗਏ ਤੇ ਇੱਥੇ ਥੀਨ ਡੈਮ ਤੇ ਆ ਗਿਆ ਤੇ 14 ਸਾਲ ਇਸ ਘਟਨਾ ਤੋਂ ਬਾਅਦ ਉੱਥੇ ਉਹ ਜਿਹੜੇ ਮੁੰਡੇ ਦੋ ਮੇਰੇ ਨਾਲ ਉਹਨਾਂ ਦੇ ਘਰ ਕੀਰਤਨ ਕਰਨ ਗਏ ਸੀ ਤੇ ਇੱਕ ਦਾ ਆਨੰਦ ਕਾਰਜ ਤੇ ਮੈਨੂੰ ਕਹਿੰਦਾ ਭਾਈ ਸਾਹਿਬ ਲਾਵਾਂ ਤੁਸੀਂ ਪੜ੍ਹਨੀਆਂ ਤੇ ਮੈਂ ਉੱਥੇ ਗਿਆ ਕਨਫਰਮ ਕਰਕੇ ਆਇਆ। ਉਹ ਕਹਿੰਦੇ ਉਹ ਬੀਬੀ ਉਦੋਂ ਤੋਂ ਬਾਅਦ ਬਿਲਕੁਲ ਠੀਕ ਹੈ। ਗੁਰੂ ਕੀ ਪਿਆਰੀ ਸਾਧ ਸੰਗਤ, ਸਾਡੀਆਂ ਗਲਤੀਆਂ ਕਰਕੇ ਹੀ ਇਹ ਭੂਤ ਪ੍ਰੇਤ ਜਿਹੜੇ ਆ ਨਾ ਇਹ ਸਾਡੇ ਦੁਆਲੇ ਹੋ ਜਾਂਦੇ ਆ। ਜੇ ਆਪਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਲੜ ਫੜਿਆ ਤੇ ਨਿਤਨੇਮੀ ਹੋਈਏ, ਕਰੈਤਾਂ ਨਾ ਕਰੀਏ ਤੇ ਇਹਨਾਂ ਦੀ ਇਹਨਾਂ ਚੀਜ਼ਾਂ ਦੀ ਕੋਈ ਮਜਾਲ ਹੀ ਨਹੀਂ ਵੀ ਸਾਨੂੰ ਮਤਲਬ ਕਿ ਇਹ ਤੰਗ ਕਰਨ। ਸੋ ਗੁਰੂ ਕੀ ਪਿਆਰੀ ਸਾਧ ਸੰਗਤ, ਡਾਕਟਰ ਸਾਹਿਬ ਜਿਵੇਂ ਹੁਕਮ ਕਰਕੇ ਗਏ ਅਰਦਾਸ ਨੂੰ ਝੰਜੋੜ ਕੇ ਕੀਰਤਨ ਕਰਨਾ, ਤੇ ਮੈਂ ਛੋਟਾ ਜਿਹਾ ਸ਼ਬਦ 2 ਮਿੰਟਾਂ ਚ ਸੁਣਾ ਕੇ ਫਿਰ ਜਿਵੇਂ ਅੱਗੇ ਪ੍ਰੋਗਰਾਮ ਹੋਏਗਾ। ਸੋਭਾ ਮੇਰੇ ਲਾਲਨ ਕੀ ਸੋਭਾ, ਮੇਰੇ ਲਾਲਨ ਕੀ ਸੋਭਾ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਮੇਰੇ ਲਾਲਨ ਕੀ ਸੋਭਾ, ਮੇਰੇ ਲਾਲਨ ਕੀ ਸੋਭਾ, ਸਾਧਨਾ ਵਸਨ ਮਨ ਰੰਗੀ ਸੋਭਾ, ਲਾਲਨ ਕੀ ਸੋਭਾ, ਮੇਰੇ ਲਾਲਨ ਕੀ ਸੋਭਾ, ਮੇਰੇ ਲਾਲਨ ਕੀ ਸੋਭਾ, ਮੇਰੇ ਲਾਲਨ ਕੀ ਸੋਭਾ, ਬ੍ਰਹਮ ਮਹੇਸ਼ ਸਿੱਧ ਮੁਨ ਇੰਦਰਾ, ਭਗਤ ਦਾਨ ਜਸ ਮੰਗੀ, ਭਗਤ ਦਾਨ ਜਸ ਮੰਗੀ, ਯੋਗ ਗਿਆਨ ਧਿਆਨ ਸੇਕ ਨਾਵੈ, ਗਿਆਨ ਸਗਲ ਜਪੈ ਤਰੰਗੀ, ਸਗਲ ਜਪੈ ਨਾਨਕ ਸੰਤਨ ਬਲਿਹਾਰ, ਕਹੋ ਨਾਨਕ ਸੰਤਨ ਬਲਿਹਾਰ, ਕਹੋ ਨਾਨਕ ਸੰਤਨ ਬਲਿਹਾਰ,
सबके साथ सा।